बिल्म राम जी असम वालेकम नाजरीन की हाल चाल है करता सब खैरी तो न ठीक ठाक हो गए देखते हो मेरा यूट्यूब चैनल सोना विद मतीहमान नाजरीन मैं तो मेजबान मती बेगढ़ खिदमत हाजिर है गां लिया के गांधी हो माशा बड़ी वो गां है फार्म वाली गां है अवलख रंग देख जी देखो डब्बा डब्बा रंग है तो माशा सोहनी जे थान देख सौ मुठ भार का चिट्टा थान ज माशा बड़ा सोहना थान जे गां भी बड़ी सोहनी जीडी गां जो फार्म वाली जे ਗੱਠ ਘੱਟ ਦੇ ਫਾਸਲੇ ਤੇ ਥਣ ਪਿਆ ਤੇ ਮੁੱਠ ਬਰ ਥਣ ਜੇ ਵੱਡਾ ਵੱਡਾ ਥਣ ਜੇ ਮਾਸ਼ਾਅੱਲਾ ਬੜੀ ਸੋਹਣੀ ਤੇ ਉੱਚੀ ਤੇ ਵੱਡੀ ਗਾਂ ਜੇ ਉੱਥੇ ਜਿੱਦੀ ਗਾਂ ਜੇ ਜ਼ਿਲ੍ਹਾ ਖਾਨੇਵਾਲ ਤੇ ਤਹਿਸੀਲ ਮੀਆਂ ਚੰਨੂ ਦੇ ਵਿੱਚ ਗਾਂ ਖੜੀ ਜੇ ਗਾਂ ਬਹੁਤ ਮਾਸ਼ਾਅੱਲਾ ਖੂਬਸੂਰਤ ਹੈ ਗੀ ਵੱਡੀ ਗਾਂ ਜੇ ਸੋਣ ਚ ਦਿਨ ਲੈਂਦੀ ਜੇ ਕਿੰਨੇ ਦਿਨ ਲੈਂਦੀ ਜੇ ਤੇ ਕਿੰਨੀ ਪ੍ਰਾਈਸ ਦੀ ਹੈ ਜੇ ਕਿੰਨੇ ਸਵੇ ਭਰਾਵਾਂ ਨੂੰ ਸਾਰੀ ਇਨਫੋਰਮੇਸ਼ਨ ਦਿਆਂ ਕਿੰਨੇ ਦੁੱਧ ਕਿੰਨੇ ਲੀਟਰ ਤੱਕ ਦੁੱਧ ਦੇ ਰਹੀ ਸਾਰੀ ਇਨਫੋਰਮੇਸ਼ਨ ਮੈਂ ਭਰਾਵਾਂ ਨੂੰ ਦੱਸਾਂਗਾ ਤਾਂ ਗਾਂ ਦੇਖ ਸਕਦੇ ਹੋ ਕਮੀ ਕੋਈ ਨਹੀਂ ਜੇ ਮਾਸ਼ਾਅੱਲਾ ਬੜੀ ਉੱਚੀ ਤੇ ਕੋਠੇ ਰੰਗੀ ਗਾਂ ਜੇ ਬਹੁਤ ਕੱਦ ਹੈ ਮਾਸ਼ਾਅੱਲਾ ਕੱਦਾਂ ਵਰ ਗਾਂ ਜੇ ਛੱਡੇ ਤੇ ਹਜੇ ਵਟ ਵਗੈਰਾ ਦੁੱਧ ਦੇ ਵੀ ਵਟ ਕੱਢ ਦੇ ਗੀ ਦੁੱਧ ਜਾਂ ਨਹਿਰਾ ਵਾਣ ਵਾਲੀ ਗਾਂ ਜੇ ਮਾਸ਼ਾਅੱਲਾ ਬਹੁਤ ਵੱਡੀ ਉੱਚੀ ਕੋਠੇ ਦੀ ਗਾਂ ਤੇ ਜਿੰਨਾ ਭਰਾਵਾਂ ਨੇ ਹਰ ਤੱਕ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰੋ ਤਾਂ ਕਿ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਮੇਰੇ ਭਰਾਵਾਂ ਤੱਕ ਪਹਿਲੇ ਪਹੁੰਚੇ ਗਾਵਾਂ ਸੋਹਣੀ ਤੇ ਸੋਹਣੀ ਗਾਂ ਖਰੀਦਦੀ ਆ ਮਾ ਸਾ ਸਾਡਾ ਕਾਮੇ ਵੀ ਖਰੀਦੋ ਫਰੋਖਦ ਹੈਗਾ ਗਾਂਵਾਂ ਸਾਡੇ ਕੋਲ ਵਨਸ ਵਨ ਗਾਂ ਆਂਦੀ ਹੈ ਹਰ ਰੰਗ ਦੀ ਹਰ ਕਿਸਮ ਦੀ ਗਾਂ ਹੁੰਦੀ ਹੈ ਜਫਸੀ ਕਰਾਸ ਤੇ ਜਫਸੀ ਦੀ ਫਰੀਜ਼ਨ ਦੀ ਸਾਈਵਾਲ ਦੀ ਤੇ ਜਿਹੜਾ ਭਰਾ ਖਰੀਦਣਾ ਚਾਹਵੇ ਉਹ ਰਾਬਤਾ ਕਰ ਸਕਦਾ ਹੈ ਗਾਂ ਦੇਖ ਸਕਦੇ ਹੋ ਮਾਸ਼ਾਅੱਲਾ ਬਹੁਤ ਸੋਹਣੀ ਹੈ ਸਸਤੇ ਸੋਦੇ ਨੇ ਫਾਰਮ ਦੀ ਗਾਂ ਹੈ ਜਿਹਦੇ ਮਾਸ਼ਾਅੱਲਾ ਦੇਖ ਸਕਦੇ ਹੋ ਕਿੰਦੀ ਸੋਹਣੀ ਤੇ ਕਿੰਦੀ ਵੱਡੀ ਗਾਂ ਜੇ ਦੇਖੋ ਮਾਸ਼ਾਅੱਲਾ ਨਿਕਨੇਗਾ ਸੇਂਦੇ ਗਾਂ ਮਿਲਦਾ ਸੇਂਦੇ ਮਾਸ਼ਾਅੱਲਾ ਬੜੀ ਸੋਹਣੀ ਹੈ ਜਿਹੜਾ ਭਰਾ ਅਖਰ ਦਿਨ ਚਾਵੇ ਮੇਰਾ رابطہ ਕਰ ਸਕਦਾ ਹੈ ਇਹ ਸੂਣ ਨੇ 10 ਦਿਨ ਲੈਂਦੇ ਨੇ ਤੇ ਦੁੱਧ ਮਾਲਕਾਂ ਦੇ ਬਕੌਲ ਪਿਛਲੇ ਸਵੇਰੇ ਨੇ 32 ਲੀਟਰ ਤੱਕ ਦੁੱਧ ਚ ਆਇਆ ਹੈ ਅੱਜ ਸਵੇਰ ਉਹ ਇਸ ਵਾਰ ਕਹਿ ਰਹੇ ਸੰਗੇ 35 ਲੀਟਰ ਨੂੰ ਦੁੱਧ ਕਰਾਸ ਕਰੇਗੇ ਤੇ ਮਾਸ਼ਾਅੱਲਾ ਜਿਹਾ ਸਾਧ ਜਿੱਦੀ ਵੱਡੀ ਹੈ ਅਮੀਰ ਹੈ ਅੱਲਾ ਦੇ ਗਾਰਜ ਕਿ ਕਰਾਸ ਕਰੇਗੇ ਕਿ ਚੱਡੇ ਤੇ ਵਟ ਵਗੈਰਾ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤੇ ਹਲੇ ਦਿਨ ਲੈਂਦੀ 10 12 ਤੇ ਮਾਸ਼ਾਅੱਲਾ ਵਟ ਕੱਢ ਦੀ ਪਈਏ ਦੇਖੋ ਵਟ ਕਿੰਨੇ ਦੁੱਧ ਦੇ ਵਟ ਕੱਢੇਗਾ ਗਾਂ हवाना थोड़े तो सामने जो बहुत व्डा हवाना जी गांव का माशाला तो देख सौ कि उच्ची कोठ जीडी गां जे कीमत बहुत मुनासब बहुत मुनासब भरावा वास्ते जोड़ा भरा खरीदना चाहिए रबता कर सदै मेरे जिले खाने वाल तहसील मिया चुनू चढ़ी है मिर्जे के डेरे से बाबा मिर्जे के डेरे थे और ना दिन साम खरीदो तो फरोख्त तो साढ़े को हर किस्म के जानवर हर किस्म की गां मेही आँदी जे तो माशाला सोहनी तो सोहनी मेही गां खरीद तो खरीदो फरोख्त करने ਤੇ ਜਿਹੜੇ ਭਰਾ ਨੂੰ ਚਾਹੀਦੀ ਹੋਵੇ ਰਾਬਤਾ ਕਰ ਸਕਦਾ ਮਾਸ਼ਾਅੱਲਾ ਅੱਲਾ ਦੇ ਹੁਕਮ ਨਾਲ ਗਾਂ ਦੁੱਧ ਬਹੁਤ ਜ਼ਿਆਦਾ ਦੇਗੀ ਤੇ ਗਾਂ ਹੈ ਵੀ ਦੂਸਰੇ ਸੂਬੇ ਜੇ ਇਹ ਗਾਂ ਦੂਸਰੇ ਸੂਬੇ ਜੇ ਤੇ ਜਿਹੜਾ ਭਰਾ ਖਰੀਦਣਾ ਚਾਵੇ 3.5 ਲੱਖ ਰੁਪਿਆ ਉਹਨਾਂ ਵਾਸਤੇ ਹੋ ਜਾਏਗਾ ਗਾਂ ਮਾਸ਼ਾਅੱਲਾ ਬਹੁਤ badi ਹੈ ਗਾਂ ਦੀ ਲੰਬਾਈ ਵਗੈਰਾ ਵੇਅਲ ਸੇਲ ਦੇ ਸਕਦੇ ਹੋ ਕਿੰਨੀ ਉੱਚੀ ਲੰਬੀ ਕੋਠੇ ਦੀ ਗਾਂ ਰੇ ਤੇ ਜਿਹੜਾ ਭਰਾ ਲੈਣਾ ਚਾਹਦਾ ਹੋ ਰਾਬਤਾ ਕਰ ਸਕਦਾ ਫਾਈਨਲ ਫੈਲਣ ਭਰਾਵਾ ਵਾਸਤੇ 3 ਲੱਖ 20 ਹਜ਼ਾਰ ਦੀ ਹੋ ਜੇ ਕਿ ਇਸ ਤੋਂ ਥੱਲੇ ਕਮੀ ਨਹੀਂ ਹੋਏਗੀ। ਜਾ ਮਾਸ਼ਾਅੱਲਾ ਬਹੁਤ ਸੋਹਣੀ ਜੇ ਬੜਾ ਵੱਡਾ ਇਹਦਾ ਹਵਾਨਾ ਜੇ। ਬੜੀ ਸੋਹਣੀ ਗਾਹ ਦਿੱਤੇ ਜਿਹਨੇ ਦੋਸਤੋ ਭਰਾਵਾ ਅਜੇ ਤੱਕ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ। ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰੋ ਤਾਂ ਕਿ ਮੇਰੀ ਹਰ ਆਉਣ ਵਾਲੀ ਮੇਰੀ ਵੀਡੀਓ ਪਨੇ ਭਰਾਵਾ ਤੱਕ ਪਹਿਲੇ ਪਹੁੰਚੇ। ਤੇ ਲਾਈਕ ਕਰੋ, ਸ਼ੇਅਰ ਕਰੋ, ਕਮੈਂਟਸ ਵਿੱਚ ਮਾਸ਼ਾਅੱਲਾ ਜ਼ਰੂਰ ਲਿਖੋ ਤਾਂ ਕਿ ਜਿਹੜਾ جانبوں نظر نہ لگے ماشاءاللہ بہت ਸੋਹਣੀ ਗਾਂਜੇ ਬਹੁਤ ਵੱਡਾ ਹਵਾਨਾ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਜਿਹੜਾ ਭਰਾ ਅਖਰੀ ਦਿਨ ਜਾਵੇ ਉਹ ਸਾਡਾ رابطہ ਕਰ ਸਕਦਾ ਹੈ ماشاءاللہ ਬੜੀ ਸੋਹਣੀ ਵੱਡੀ ਫਾਰਮ ਵਾਲੀ ਗਾਂਜੇ ਸਾਹ ਦੇਖ ਸਕਦੇ ਹੋ ماشاءاللہ ਹਵਾਨਾ ਕਿੰਨਾ ਵੱਡਾ ਕਿੰਨੀ ਵੱਡੀ ਗਾਂਜੇ ماشاءاللہ ਬਹੁਤ ਸੋਹਣੀ ਤੇ ਬੜੀ ਉੱਚੀ ਲੰਬੀ ਕੋਠੇ ਕੋਠੇ ਦੀ ਕੋਠੇ ਵਰਗੀ ਗਾਂਜੇ ماشاءاللہ ਦੇਖ ਸਕਦੇ ਹੋ ਕਿੰਨੀ ਜ਼ਬਰਦਸਤ ਹੈ ਜੀ ਜਿਹੜਾ ਭਰਾ ਅਖਰੀ ਦਿਨ ਜਾਵੇ ਰابطਾ ਕਰ ਸਕਦਾ ਹੈ ਬਾਹਰ ਅਸਸਤੀ ਤਰੀਕ ਮਿਲ ਜਾਏਗਾ ਉਹਨਾਂ ਨੂੰ माशाला देख, दी है। तो सस्ती है। माशाला देख सकते हो फार्म भी वो गां सस्ती गाय है माशा देख सकते हो कि खूबसूरत है जी हवाना वगैरह दे देख सकते होता बारिश का करके थोड़ा लिबड़ी हुई है क्योंकि मौसम बहुत पाकिस्तान का बहुत खराब चल रहा है अजकल सर्दिया ने बारिशों तो जान अन पहले ही छुट्टी जे तो अल्लाह का बड़ा शुक्र है कि धुप्प तो निकली जे मौसम बड़ा खुशगवार हो धुप्प धुपाल बड़ा फायदा हो गया जे जानवर बहर निकल रहे हैं सुून खा पी रहे हैं धुप्प सेक रहे हैं ਤੁਹਾਨੂੰ ਇਹਨਾਂ ਭਰਾਵਾਂ ਨਾਲ ਖਰੀਦਣੇ ਹੋਵੇ ਰਾਬਤਾ ਕਰ ਸਕਦੇ ਨੇ ਅਲਵੈਸ